ਕੋਰੋਨਾ ਵਾਇਰਸ ਦੇ ਚਲਦਿਆਂ ਇਨਕਮ ਟੈਕਸ ਵਿਭਾਗ ਵੱਲੋਂ ਆਰਟੀਆਈ ਭਰਨ ਦੀ ਆਖਰੀ ਤਰੀਕ ਪੰਜਵੀਂ ਵਾਰ ਵੀ ਅੱਗੇ ਵਧਾਈ ਜਾ ਚੁੱਕੀ ਹੈ। ਕੋਰੋਨਾ ਨੂੰ ਦੇਖਦਿਆਂ ਹੋਇਆਂ ਸੀਬੀਡੀਟੀ ਨੇ ਆਰਟੀਆਈ ਦੀ ਆਖਰੀ ਤਰੀਕ ਹੁਣ 31 ਦਸੰਬਰ ਕਰ ਦਿੱਤੀ ਹੈ। ਇਸ ਦੇ ਨਾਲ ਉਹਨਾਂ ਕਰਦਾਤਿਆਂ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ਆਪਣਾ ਰਿਲੇਟਿਡ ਆਰਟੀਆਈ ਭਰਨਾ ਹੈ। ਦੱਸਣਯੋਗ ਹੈ ਕਿ ਆਮਦਨ ਕਰ ਵਿਭਾਗ ਇਸ ਤੋਂ ਪਹਿਲਾਂ ਆਰਟੀਆਈ ਭਰਨ ਦੀ ਆਖਰੀ ਤਰੀਕ ਨੂੰ ਵਧਾ ਕੇ 30 ਜੂਨ ਕੀਤਾ ਸੀ। ਇਸ ਤੋਂ ਬਾਅਦ ਇਹ ਤਰੀਕ 31 ਜੁਲਾਈ, ਫਿਰ 30 ਸਤੰਬਰ ਅਤੇ ਉਸ ਤੋਂ ਬਾਅਦ 30 ਨਵੰਬਰ ਕੀਤੀ ਗਈ ਹੈ, ਜਦਕਿ ਹੁਣ ਇਹ ਤਰੀਕ 31 ਦਸੰਬਰ ਤੱਕ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਦੇਰੀ ਹੋਣ 'ਤੇ 10,000 ਰੁਪਏ ਤੱਕ ਹਰਜ਼ਾਨਾ ਵੀ ਭਰਨਾ ਪੈ ਸਕਦਾ ਹੈ। ਜੇਕਰ ਤੁਸੀਂ ਪਿਛਲੇ ਸਾਲ ਦੀ ਆਰਟੀਆਈ ਨਹੀਂ ਭਰੀ ਤਾਂ ਜਲਦ ਤੋਂ ਜਲਦ ਭਰੋ ਤਾਂ ਕਿ ਵਿਭਾਗੀ ਮੁਸ਼ਕਲਾਂ ਤੋਂ ਬਚ ਸਕੋ। ਹਾਲਾਂਕਿ ਅਜਿਹੀਆਂ ਕਿਆਸ ਰਾਈਆਂ ਵੀ ਹਨ ਕਿ 31 ਦਸੰਬਰ ਤੋਂ ਬਾਅਦ ਵੀ ਇਹ ਤਰੀਕ ਵੱਧ ਸਕਦੀ ਹੈ। ਬਿਊਰੋ ਰਿਪੋਰਟ ਦੀ ਫਗਵਾੜਾ ਹੈਡਲਾਈਨ।